ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, so in this question we need to evaluate integral dx upon x into x raised to power 5 plus 1. So first of all, tusi itthe dekh sakde ho that is jehda thoda integral hai, integral dx upon x into x raised to power 5 plus 1. So dekho ji, tusi ek cheez itthe dhyan naal dekh sakde ho ki jehda thode kol x raised to power 5 hai, oda tusi kise vi tarah ਉਹਦਾ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਇੱਥੇ ਡੈਰੀਵੇਟਿਵ ਪ੍ਰੋਡਿਊਸ ਕਰ ਸਕੋ ਇਨ ਦਾ ਨਿਊਮੀਰੇਟਰ, ਸੋ ਇਟ ਵਿਲ ਬੀ ਈਜ਼ੀ ਟੂ ਸਬਸਟੀਟਿਊਟ ਇਟ ਐਂਡ ਦੈਨ ਯੂ ਕੈਨ ਈਜ਼ੀਲੀ ਇੰਟੀਗ੍ਰੇਟ ਦਾ ਇਕੁਏਸ਼ਨ। ਸੋ ਫੋਰ ਇਟ ਵਟ ਆਈ ਕੈਨ ਡੂ ਇਜ਼, ਇੱਥੇ ਮੈਂ ਇੱਕ ਟ੍ਰਿਕ ਯੂਜ਼ ਕਰਾਂਗਾ, ਦੈਟ ਇਜ਼ ਮੇਰੇ ਕੋਲ ਇੱਥੇ ਜਿਹੜਾ ਇਥਾ ਜਿਹੜਾ ਇੱਥੇ ਦਾ ਡੈਰੀਵੇਟਿਵ ਹੋਣਾ ਆਫ x ਰਿਸ ਟੂ ਪਾਵਰ 5 ਪਲੱਸ 1 ਦਾ, ਦੈਟ ਵਿਲ ਬੀ dt ਇਜ਼ ਇਕੁਅਲ ਟੂ 5 ਟਾਈਮਸ x ਰਿਸ ਟੂ ਪਾਵਰ 4 dx। ਓਕੇ, ਐਂਡ ਨਾਓ ਯੂ ਕੈਨ ਈਜ਼ੀਲੀ ਸੀ ਫਰੋਮ ਹਿਅਰ ਇਜ਼ ਕਿ ਜੇ ਆਪਾਂ ਇਹਨੂੰ ਇੱਥੇ 5 x ਰਿਸ ਟੂ ਪਾਵਰ 4 ਇੰਟਰੋਡਿਊਸ ਕਰਨ ਲਈ ਇੱਥੇ ਆਪਾਂ x ਰੇਸ ਟੂ ਪਾਵਰ 4 ਨਾਲ ਮਲਟੀਪਲਾਈ ਤੇ ਡਿਵਾਈਡ ਕਰਾਂਗੇ, ਸੋ ਨਾਓ ਤੁਸੀਂ ਇੱਥੇ ਧਿਆਨ ਨਾਲ ਦੇਖੋ ਤਾਂ ਆਪਾਂ ਨੂੰ 5 ਮਲਟੀਪਲਾਈ ਤੇ ਡਿਵਾਈਡ ਵੀ ਕਰਨਾ ਪਊਗਾ, ਸੋ ਇਟ ਇਜ਼ 1 ਬਾਈ 5 ਟਾਈਮਸ ਇੰਟੀਗਰਲ 5 x ਰੇਸ ਟੂ ਪਾਵਰ 4 dx ਇਜ਼ ਨਥਿੰਗ ਬਟ dt ਅਪਨ x ਰੇਸ ਟੂ ਪਾਵਰ 4 ਇਨਟੂ x ਰੇਸ ਟੂ ਪਾਵਰ 1 ਇਜ਼ x raised to power 5 into x raised to power, now see x raised to power 5 ਆਪਾਂ ਕੀ ਮੰਨਿਆ ਸੀ, ਇੱਥੇ ਆਪਾਂ x raised to power 5 plus 1 ਨੂੰ t ਮੰਨਿਆ ਸੀ, ਤਾਂ ਜਿਹੜਾ ਤੁਹਾਡਾ x raised to power 5 ਹੋਣਾ ਇਟ ਵਿਲ ਬੀ t minus 1। ਓਕੇ, ਸੋ ਫਾਈਨਲੀ ਤੁਸੀਂ ਇਹਨੂੰ ਸੋਲਵ ਕਰਨਾ ਹੈ, ਸੋ ਇਹਨੂੰ ਸੋਲਵ ਕਰਨ ਲਈ ਤੁਸੀਂ ਜਿਹੜਾ ਨਿਊਮੀਰੇਟਰ ਹੈ ਉਹਨੂੰ ਲਿਖ ਸਕਦੇ ਹੋ ਐਸ t ਮਾਈਨਸ ਆਫ t ਮਾਈਨਸ 1। ਸੋ ਤੁਸੀਂ ਦੇਖ ਸਕਦੇ ਹੋ ਇਹਦੀ ਵੈਲਿਊ ਐਟ ਦੀ ਐਂਡ 1 ਹੀ ਰਹਿਣੀ ਹੈ, ਅਪੋਨ t ਇੰਟੂ t ਮਾਈਨਸ 1। ਸੋ ਤੁਹਾਡੇ ਕੋਲ ਕੀ ਆਉਣਾ ਹੈ, ਦੈਟ ਵਿਲ ਬੀ 1 ਬਾਈ 5 ਟਾਈਮਸ ਇੰਟੀਗਰਲ ਆਫ 1 ਬਾਈ t ਮਾਈਨਸ 1 ਮਾਈਨਸ 1 ਅਪੋਨ t dt। ਸੋ ਨਾਓ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਇੰਟੀਗਰਲ ਆਫ 1 ਬਾਈ x dx is ln x plus integration constant, so I the value aa jani hai as equal to 1 by 5 times ln of t minus 1 minus ln t plus integration constant, so jada thoda t c that was nothing but, so t thoda ki si it was x raised to power 5 plus 1, so it is x raised to power 5 minus ln of x raised to power 5 plus 1 plus an integration constant। ਤੇ ਹੁਣ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ln of a minus ln of b this is equal to ln of a upon b, ਸੋ ਤੁਹਾਡੇ ਕੋਲ ਇੱਥੋਂ ਦੀ ਵੈਲਿਊ ਆਉਣੀ ਹੈ, ਦੈਟ ਇਜ਼ ਆਈ ਇਜ਼ ਇਕੁਅਲ ਟੂ 1 ਬਾਈ 5 ਟਾਈਮਸ ln ਆਫ x ਰਿਸ ਟੂ ਪਾਵਰ 5 ਅਪੋਨ x ਰਿਸ ਟੂ ਪਾਵਰ 5 ਪਲੱਸ 1 ਪਲੱਸ ਐਨ ਇੰਟੀਗ੍ਰੇਸ਼ਨ ਕੋਂਸਟੈਂਟ। ਸੋ ਨਾਓ ਆਈ ਹੋਪ ਦਿਸ ਆਨਸਰ ਯੂਰ ਡਾਊਟ। ਓਕੇ ਜੀ, ਥੈਂਕ ਯੂ।